ਕੰਗਬੀਰੇ ਇਹ ਕੱਲਾ ਕਤਰ ਤੇ ਦੋ ਹਾਚ ਨਹੀਂ ਆ ਕਵੀਦ ਦੇ ਵਿੱਚ ਵੀ ਇਹੀ ਚੱਲ ਰਿਹਾ ਦੁਬਈ ਚ ਵੀ ਇਹੀ ਚੱਲ ਰਿਹਾ ਦੁਬਈ ਦੇ ਵਿੱਚ ਕਹ ਰਿਹਾ 10000 ਰਾਮ ਦਿਓ ਤੇ ਅਸੀਂ ਤੁਹਾਡਾ ਉਹ ਕਰ ਦਿੰਨੇ ਆ ਜਿਉਂ ਕਰ ਦਿੰਨੇ ਅਸਲੀ ਜਿਹੜੀ ਕਹਾਣੀ ਹੈਗੀ ਉਹ ਇਹ ਆ ਵੀਰੇ ਜਿਹੜਾ ਪੋਲੈਂਡ ਮੋਲਕਾ ਪੋਲੈਂਡ ਦੇ ਵਿੱਚ ਟੀਆਰਸੀ ਵੀ ਇਸ਼ੂ ਹੁੰਦੀ ਹੈ ਉਸ ਤੋਂ ਬਿਨਾ TCRC ਮਤਲਬ ਕੀ ਜਣ ਕੇ ਤੁਸੀਂ ਯੂਰਪ ਚਾਹਿਆ ਤੇ ਇੱਥੇ ਅਪਲਾਈ ਕਰੋ ਤੇ ਤੁਹਾਨੂੰ ਇੱਥੇ ਸਪੋਰਟ ਮਿਲ ਜੂਗੀ ਬਟ ਉਹ ਇਹਨਾਂ ਨੇ ਹੁਣ ਸਟਾਪ ਕਰਨਾ ਸ਼ੁਰੂ ਕਰ ਦਿੱਤਾ ਜਿਹਨੂੰ ਲੋਕਾਂ ਨੂੰ ਦੇ ਰਹੇ ਹਜੇ ਤੱਕ ਵੀ ਦੇ ਰਹੇ ਸਾਡੇ ਲੋਕਾਂ ਦੀ ਗੰਦੀ ਹੱਤ ਕੀ ਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਤਾਂ ਦਿਮਾਗ ਦੇ ਵਿੱਚ ਆ ਬਾਹਰ ਨਿਕਲਣਾ ਚਾਰਕ ਪੈਸੇ ਇਕੱਠੇ ਕਰੋ ਇਹਨਾਂ ਨੂੰ ਤੇ ਬਾਅਦ ਵਿੱਚ ਇਹਨਾਂ ਤੋਂ ਜੋੜੋ ਤੇ ਬਾਅਦ ਵਿੱਚ ਅੰਬੈਸੀ ਨੇ ਤਾਂ ਰਿਜੈਕਸ਼ਨ ਹੀ ਲਾਉਣੀ ਆ ਸੀ ਕਹਦਾਂਗੇ ਵੀ ਯਾਰ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਇੱਕ ਮੁੰਡਾ ਕਾਮਯਾਬ ਹੋ ਗਿਆ ਸੀ ਸਾਡਾ ਯਾਰ ਦੋਸ ਜੀਰੇ ਦਾ ਜਿਹੜਾ ਇਹਨਾਂ ਦਾ ਕੰਟਰੈਕਟ ਪੇਪਰ ਕੱਢ ਲਿਆ ਠੀਕ ਹੈ ਨਹੀਂ ਆਦਰਵਾਇਜ਼ ਇਹ ਤੁਹਾਨੂੰ ਇੱਕ ਸਾਈਨ ਵੀ ਨਹੀਂ ਦਿੰਦੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਕੀ ਪੇਪਰ ਜਮਾ ਕਰਾ ਰਹੇ ਹੋ ਪੋਲਨ ਦੇ ਵਿੱਚ ਇੱਕ ਅੱਜ ਜਾ ਕੇ ਮੈਂ ਕੰਪਨੀ ਰਜਿਸਟਰਡ ਕਰਉਣਾ ਤੇ 50 ਵਰਕ ਪਰਮਿਟ ਵੇਚ ਦਿੰਦਾ ਲੋਕਾਂ ਨੂੰ ਤੇ ਇੱਕ ਵਰਕ ਪਰਮਿਟ ਦੀ ਕੋਸਟ ਰੱਖਦਾ 200 ਯੂਰੋ ਜਾਂ 250 ਯੂਰੋ ਮਤਲਬ ਇੰਡੀਆ ਦਾ 18000 ਜਾਂ 20000 ਰੁਪਈਆ ਹੈ ਹਨਾ ਉਹ 20000 ਰੁਪਈਆ ਕਮਾਉਣ ਦੇ ਚੱਕਰ ਚ ਮੈਂ ਤੁਹਾਡੇ ਪਾਸਪੋਰਟ ਦੇ ਉੱਤੇ ਜਾਨਕੀ ਰਿਜੈਕਸ਼ਨਾਂ ਲਵਾ ਦੇਣੀਆਂ ਇਹ ਟਾਰਗੇਟ ਹੈ ਨਾ ਕੰਪਨੀਆਂ ਦਾ ਏਜੰਸੀਆਂ ਆਉਂਦੀਆਂ ਆਪਣੇ ਜਾਨੀ ਤਾਂ ਬਣੇ ਪੂਰੇ ਕੰਫੀਡੈਂਸ ਦੇ ਨਾਲ ਪਤਾ ਹੈ ਨਹੀਂ ਕਿਸੇ ਚੀਜ਼ ਦਾ ਪੋਲੈਂਡ ਦੇ ਵਿੱਚੋਂ ਜੇ ਤੁਸੀਂ ਵਰਕ ਪਰਮਿਟ ਦੀ ਗੱਲ ਕਰਨੀ ਹੈ ਤਾਂ ਪੋਲਿਸ਼ ਮੁੰਡਿਆਂ ਦੇ ਨਾਲ ਗੱਲ ਕਰੋ ਜਿਹੜੇ ਆਲਰੇਡੀ ਪੋਲੈਂਡ ਦੇ ਵਿੱਚ ਪ੍ਰੈਜ਼ੈਂਟ ਆ ਆਲਰੇਡੀ ਪੋਲੈਂਡ ਦੀਆਂ ਕੰਪਨੀਆਂ 'ਚ ਕੰਮ ਕਰਦੇ ਆ ਬਹੁਤ ਮੁੰਡੇ ਮੈਨੂੰ ਕੰਟੈਕਟ ਕਰਦੇ ਆ ਹੋ ਸਕਦਾ ਚੰਗੇ ਜੈਨੂਨ ਮੁੰਡੇ ਜਿਨ੍ਹਾਂ ਦੇ ਕੋਲੇ ਵਰਕ ਪਰਮਿਟ ਹੋਣਗੇ ਉਹ ਮੇਰੇ ਇਨਾਂ ਕਮੈਂਟਾਂ ਦੇ ਵਿੱਚ ਆਉਣਗੇ ਪਲੀਜ਼ ਏਜੰਸੀਆਂ ਦੇ ਪਿੱਛੇ ਨਾ ਲੱਗੋ ਪੈਸਾ ਨਾ ਬਰਬਾਦ ਕਰੋ ਉਹਦੋਂ ਬੈਟਰ ਆ 10 ਲੱਖ ਰੁਪਇਆ ਲ ਪਾਸਪੋਰਟ ਦੇ ਉੱਤੇ ਰਿਜੈਕਸ਼ਨ ਆ ਲਵਾਇਓ ਇੱਕ ਯੂਰਪੀਅਨ ਕੰਟਰੀ ਨੇ ਪਾਸਪੋਰਟ ਦੇ ਉੱਤੇ ਰਿਜੈਕਸ਼ਨ ਲਾਤੀ ਤਾਂ ਸਮਝ ਲਓ ਤੁਸੀਂ ਗਏ ਠੀਕ ਹੈ ਨਹੀਂ ਹੁਣ ਸੋਚ ਸਮਝ ਕੇ ਫੈਸਲਾ ਲਿਓ ਕਿਸੇ ਏਜੰਸੀ ਦੇ ਪਿੱਛੇ ਨਾ ਲੱਗੋ ਉਹਦੋਂ ਬੈਟਰ ਆ ਤੁਸੀਂ ਇੱਕ ਕੰਟਰੀ ਉਹ ਚੂਜ਼ ਕਰੋ ਜਿਹੜੀ ਤੁਹਾਨੂੰ ਪਤਾ ਵੀ ਜੈਨੂਨ ਵਰਕ ਪਰਮਿਟ ਦਿੰਦੀ ਆ ਸਵੀਡਨ ਵਰਕ ਪਰਮਿਟ ਦਿੰਦਾ ਇਸ ਤੋਂ ਬਿਨਾ ਪੋਲਨ ਵਰਕ ਪਰਮਿਟ ਦਿੰਦਾ ਇਸ ਤੋਂ ਬਿਨਾ ਹੰਗਰੀ ਵਰਕ ਪਰਮਿਟ ਦਿੰਦਾ ਚੈੱਕਰ ਪਬਲਿਕ ਵਰਕ ਪਰਮਿਟ ਦਿੰਦਾ ਅ ਪੁਰਤਗਾਲ ਦੇ ਵੀ ਵਰਕ ਪਰਮਿਟ ਹੈਗੇ ਆ ਖੇਤਾਂ ਦੇ ਜਿਹੜੇ ਨਿਕਲਦੇ ਆ ਉਸ ਤੋਂ ਬਿਨਾ ਆਪਾਂ ਸੋਚ ਸਕਦੇ ਹਾਂ ਰਮਾਨੀਆ ਵਰਕ ਪਰਮਿਟ ਦਿੰਦਾ ਬਲਗਾਰੀਆ ਵਰਕ ਪਰਮਿਟ ਦਿੰਦਾ ਪਰ ਵਰਕ ਪਰਮਿਟ ਲੈਣ ਵੇਲੇ ਪੈਸਾ ਨਾ ਸੋਚਿਓ ਵਰਕ ਪਰਮਿਟ ਲੈਣ ਵੇਲੇ ਇਹ ਸੋਚਿਓ ਵੀ ਤੁਹਾਡਾ ਸਾਹਮਣੇ ਵਾਲਾ ਬੰਦਾ ਜਿਹੜਾ ਤੁਹਾਡੇ ਸਾਹਮਣੇ ਖੜਾ ਤੁਹਾਡੇ ਨਾਲ ਡੀਲ ਕਰ ਰਿਹਾ ਹੁਣ ਚ ਸਾਰਾ ਪੈਸਾ ਅਡਵਾਂਸ ਦੇ ਦਿਓ ਕੰਮ ਹੋਊਗਾ ਠੀਕ ਹੈ ਨਾ ਪਰ ਏਜੰਸੀਆਂ ਦੇ ਧੱਕੇ ਚੜਨਾ ਮਤਲਬ ਪਾਸਪੋਰਟ ਤੇ ਰਿਜੈਕਸ਼ਨ ਲਵਾਉਣੀ ਖੇੜਾ ਛਡਾਉਣਾ ਇਹ ਆ ਵੀਰੇ ਵਿਸ਼ਵਾਸ ਕਰਨਾ ਨਾ ਕਰਨਾ ਤੇਰੀ ਮਰਜ਼ੀ ਹੈ 99% ਲੋਕਾਂ ਦੇ ਰਿਜੈਕਸ਼ਨ ਲੱਗਦੀ ਹੈ ਪੋਲੈਂਡ ਦੇ ਵਰਕ ਪਰਮਿਟ ਦੀ ਚੈੱਕ ਕਰ ਲੈ ਕਰ ਲੈ ਪਤਾ ਜੇ ਤਨ ਜਿੱਥੋਂ ਵੀ ਹਿਸਟਰੀ ਦੇ ਵਿੱਚ ਚੈੱਕ